good morning students today we do chapter theory of sampling next methods or techniques of sampling methods of sampling there are six methods of sampling first method random sampling method second purposive sampling third stratified fourth systematic sampling fifth quota sampling sixth convenience sampling first we do random sampling random sampling it is that method in which each and every item of the universe has equal chances of being selected in a sample ਦੇਖੋ ਇਹ ਜਿਹੜਾ ਰੈਂਡਮ ਸੈਂਪਲਿੰਗ ਮੈਥਡ ਹੈ ਇਹ ਉਹ ਮੈਥਡ ਹੈ ਜਿਹਦੇ ਵਿੱਚ ਹਰ ਇੱਕ ਆਈਟਮ ਦੇ ਪੂਰੀ ਯੂਨੀਵਰਸ ਦੀ ਪੂਰੀ ਪੋਪੂਲੇਸ਼ਨ ਦੇ ਵਿੱਚ ਹਰ ਇੱਕ ਆਈਟਮ ਦੇ ਸਿਲੈਕਟ ਹੋਣ ਦੇ ਐਜ਼ ਅ ਸੈਂਪਲ ਸਿਲੈਕਟ ਹੋਣ ਦੇ ਚਾਂਸਸ ਇਕੁਅਲ ਹੁੰਦੇ ਨੇ ਠੀਕ ਹੈ दैट इज ਰੈਂਡਮ ਸੈਂਪਲਿੰਗ ਮੈਥਡ ਜਿਦੇ ਵਿੱਚ ਹਰ ਇੱਕ ਆਈਟਮ ਦੀ ਸਿਲੈਕਟ ਹੋਣ ਦੇ ਚਾਂਸਸ ਕੀ ਹੋਣ ਇਕੁਅਲ ਹੋਣ ਥੇਅਰ ਇਜ਼ ਐਨ ਇਕੁਅਲ ਪ੍ਰੋਬੈਬਿਲਿਟੀ ਫਾਰ ਦਾ ਐਵਰੀ ਆਈਟਮ ਆਫ ਦਾ ਯੂਨੀਵਰਸ ਬੀਇੰਗ ਸਿਲੈਕਟਡ ਇਨ ਦਾ ਸੈਂਪਲ ਸੈਂਪਲ ਚੂਜ਼ ਕਰਨ ਦੇ ਲਈ ਹਰ ਇੱਕ ਆਈਟਮ ਨੂੰ ਇਕੁਅਲ ਚਾਂਸ ਮਿਲੇ ਠੀਕ ਹੈ ਇਕੁਅਲ ਪ੍ਰੋਬੈਬਿਲਿਟੀ ਹੋਵੇ ਜਿੱਥੇ ਸਾਨੂੰ ਸੰਭਾਵਨਾ ਹੋਵੇ ਕਿ ਹਰ ਇੱਕ ਚਾਂਸ ਹਰ ਇੱਕ ਆਈਟਮ ਸਿਲੈਕਟ ਹੋ ਸਕਦੀ ਹੈ ਤਾਂ ਇਸ ਮੈਥਡ ਨੂੰ ਸੈਂਪਲ ਰੈਂਡਮ ਸੈਂਪਲਿੰਗ ਮੈਥਡ ਕਿਹਾ ਜਾਊਗਾ ਫੋਰ ਐਗਜ਼ਾਮਪਲ ਫਰਸਟ ਲੋਟਰੀ ਮੈਥਡ ਲੋਟਰੀ ਮੈਥਡ ਰੈਂਡਮ ਸੈਂਪਲਿੰਗ ਦੀ ਬੈਸਟ ਮੈਥਡ ਐਗਜ਼ਾਮਪਲ ਹੈ ਇਨ ਥਿਸ ਮੈਥਡ ਪੇਪਰ ਸਲਿਪਸ ਆਰ ਮੇਡ ਫਾਰ ਏਵਰੀ ਆਈਟਮ ਆਫ ਦਾ ਯੂਨੀਵਰਸ ਇਹ ਮੈਥਡ ਦੇ ਵਿੱਚ ਲੋਟਰੀ ਮੈਥਡਸ ਕੀ ਕੀਤਾ ਜਾਂਦਾ ਹੈ ਕਿ ਹਰ ਇੱਕ ਆਈਟਮ ਨਾਲ ਰਿਲੇਟਡ ਸਲਿਪ ਤਿਆਰ ਕੀਤੀ ਜਾਂਦੀ ਹੈ ðiਸ ਸਲਿਪਸ ਆਰ ਸ਼ਫਲਡ ਇਨਾਂ ਬਾਕਸ ਫਿਰ ਇੱਕ ਬਾਕਸ ਦੇ ਵਿੱਚ ਸ਼ਫਲ ਕੀਤੀਆਂ ਜਾਂਦੀਆਂ ਨੇ ਇਹ slips then impartially some of the slips are drawn to be a form of sample of the universe پھر impartially bina pakhpato unna slips de visariyan slips de vichon kuj slips nu select kita janda hai jehdiyan kai as a sample choose kitiyan jandiyan hai theek hai e ta lottery method ho gaya jehda ki random sampling di ek best example hai second tables of random numbers tables of random numbers de vich ki karde ne ki kuj jude investigator hunde ne ਜੋ ਸੰਖਿਆ ਕੀ ਹੁੰਦੇ ਨੇ ਉਹਨਾਂ ਨੇ ਕੀ ਕਰਨਾ ਹੁੰਦਾ ਹੈ ਕਿ ਇੱਕ ਟੇਬਲ ਤਿਆਰ ਕਰ ਲੈਂਦੇ ਨੇ ਤੇ ਉਹਨਾਂ ਟੇਬल्स ਦੇ ਨਾਲ ਰਿਲੇਟਡ ਹੀ ਉਹਨਾਂ ਦੇ ਨਾਲ ਮੈਚ ਕਰਕੇ ਹੀ ਆਪਣੇ ਸੈਂਪਲਸ ਨੂੰ ਸਿਲੈਕਟ ਕਰਦੇ ਨੇ 댓 ਇਜ਼ ਟੇਬਲਸ ਆਫ ਰੈਂਡਮ ਸੈਂਪਲਿੰਗ ਮੈਥਡ ਮੈਰਿਟਸ ਕੀ ਨੇ ਫਸਟ ਮੈਰਿਟ ਫ੍ਰੀ ਫ্রম ਪਰਸਨਲ ਬਿਆਸ ਜੋ ਰੈਂਡਮ ਸੈਂਪਲਿੰਗ ਮੈਥਡ ਹੈ ਇਹਦੇ ਵਿੱਚ ਪਰਸਨਲ ਬਿਆਸ ਨਹੀਂ ਕੀਤਾ ਜਾਂਦਾ ਨਿੱਜੀ ਤੌਰ ਤੇ ਪੱਖਪਾਤ ਨਹੀਂ ਕੀਤਾ ਜਾਂਦਾ ਕਿਉਂਕਿ ਇਹਦੇ ਵਿੱਚ ਸਲਿੱਪਸ ਵਗੈਰਾ ਰਿਟਰਨ ਫਾਰਮ ਦੇ ਵਿੱਚ ਬਾਕਸ ਦੇ ਵਿੱਚ ਸ਼ਫਲ ਕੀਤੇ ਜਾਂਦੇ ਹਨ ਤੇ ਉਸ ਤੋਂ ਬਾਅਦ ਬਿਨਾ ਪਾਰਸ਼ੀਅਲਿਟੀ ਤੋਂ ਸਿਲੇਕਟ ਕਰ ਲਿਆ ਜਾਂਦੀ ਹੈ ਈਚ ਆਈਟਮ ਹੈਜ਼ ਇਕੁਅਲ ਚਾਂਸਸ ਬੀਇੰਗ ਸਿਲੇਕਟਿਡ ਇਹਦੀ ਸੈਕੰਡ ਮੈਰਿਟ ਕੀ ਹੈ ਕਿ ਹਰ ਇੱਕ ਆਈਟਮ ਦੇ ਸਿਲੇਕਟ ਹੋਣ ਦੇ ਚਾਂਸਸ ਇਕੁਅਲ ਹੁੰਦੇ ਨੇ ਕਿਉਂਕਿ ਸਲਿੱਪਸ ਦੇ ਵਿੱਚ ਕੋਈ ਵੀ ਸਿਲੇਕਟ ਹੋ ਸਕਦਾ ਸੀ ਕੋਈ ਵੀ ਸਲਿੱਪ ਨੂੰ ਸੀ ਸਿਲੇਕਟ ਕਰ ਸਕਦੇ ਤੇ ਹਰ ਇੱਕ ਸਲਿੱਪ ਦੇ ਸਿਲੇਕਟ ਹੋਣ ਦੇ ਚਾਂਸਸ ਕਿੰਨੇ ਇਕੁਅਲ ਨੇ ਦਾ ਯੂਨੀਵਰਸ ਗੈਟਸ ਫੇਅਰਲੀ ਰਿਪਰੈਜ਼ੈਂਟਡ ਬਾਈ ਦਾ ਸੈਂਪਲ ਜਿਹੜਾ ਯੂਨੀਵਰਸ ਹੈ ਜੋ ਪਾਪੂਲੇਸ਼ਨ ਹੈ ਉਹਨੂੰ ਸੈਂਪਲ ਦੇ ਦੁਆਰਾ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਪ੍ਰਸਤੁਤ ਕੀਤਾ ਜਾਂਦਾ ਹੈ ਠੀਕ ਹੈ ਇਹਦੀ ਇੱਕ ਮੈਰਿਟ ਨੈਕਸਟ ਸਿੰਪਲ ਮੈਥਡ ਇਟ ਇਜ਼ ਅ ਵੈਰੀ ਸਿੰਪਲ ਮੈਥਡ ਕਿਉਂਕਿ ਸਲिप्स ਤਿਆਰ ਕੀਤੀਆਂ ਜਾਂਦੀਆਂ ਹਰ ਇੱਕ ਦਾ ਨੇਮ ਲਿਖਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਸ਼ਫ ਬਾਕਸ ਦੇ ਵਿੱਚ ਸ਼ਫਲ ਕੀਤਾ ਜਾਂਦਾ ਫਿਰ ਸਿਲੈਕਟ ਕਰ ਲਿਆ ਜਾਂਦਾ ਤਾਂ ਇਸ ਕਰਕੇ ਇੱਕ ਵੈਰੀ ਸਿੰਪਲ ਮੈਥਡ ਹੈ ਡੀ ਮੈਰਿਟਸ ਕੀ ਹੈ ਇਫ ਦਾ ਸਾਈਜ਼ ਆਫ ਸੈਂਪਲ ਇਜ਼ স্মॉल ਇਟ ਫੇਲਸ ਟੂ ਰਿਪਰੈਜ਼ੈਂਟ ਦਾ ਕੈਰੈਕਟਿਸਟਿਕਸ ਆਫ ਦਾ ਯੂਨੀਵਰਸ ਜਦੋਂ ਸੈਂਪਲ ਦਾ ਸਾਈਜ਼ ਬਹੁਤ স্মॉल ਹੋਊਗਾ ਸੈਂਪਲ ਬਹੁਤ ਛੋਟੇ ਸਿਲੈਕਟ ਕੀਤੇ ਜਾਣਗੇ ਬਹੁਤ ਥੋੜੇ ਸਿਲੈਕਟ ਕੀਤੇ ਜਾਣਗੇ ਤਾਂ ਉਹ ਸਾਰੇ ਯੂਨੀਵਰਸ ਦੀਆਂ ਕੈਰੈਕਟਿਸਟਿਕਸ ਨੂੰ ਨਹੀਂ ਰਿਪਰੈਜ਼ੈਂਟ ਕਰ ਸਕਦੇ ਤਾਂ ਇਸ ਕਰਕੇ ਇਹ ਇੱਕ ਡੀਮੈਰਿਟ ਹੈ ਕਿ ਜੇ ਸੈਂਪਲ ਦਾ স্মॉल ਸਾਈਜ਼ ਲੈ ਲਿਆ ਤਾਂ ਅਸੀਂ ਇਹ ਮੈਥਡ ਨੂੰ ਸਹੀ ਤਰੀਕੇ ਨਾਲ ਅਪਲਾਈ ਨਹੀਂ ਕਰ ਸਕਦੇ ਸੈਕਿੰਡ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਆਫ ਦਾ different items in the universe may not be possible ਅਸੀਂ ਅਨੁਪਾਤਿਕ ਤੌਰ ਤੇ ਪ੍ਰਸਤੁਤੀ ਕਰਨ ਪੂਰੇ ਜਨਸੰਖਿਆ ਦਾ ਕਰਨਾ ਬਹੁਤ ਔਖਾ ਹੈ ਇਸ ਕਰਕੇ ਇਹਦੀ ਇੱਕ ਡੀਮੈਰਿਟਾ ਅਸੀਂ ਕਹਿੰਦੇ ਹਾਂ ਕਿ ਪੂਰੇ ਯੂਨੀਵਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਬਟ ਇਟ ਇਜ਼ ਨਾਟ ਪੋਸੀਬਲ ਪੂਰੇ ਯੂਨੀਵਰਸ ਨੂੰ ਇਸ ਲੋਟਰੀ ਮੈਥਡ ਦੇ ਨਾਲ ਰਿਪਰੈਜ਼ੈਂਟ ਨਹੀਂ ਕੀਤਾ ਜਾ ਸਕਦਾ ਜਾਂ ਰੈਂਡਮ ਸੈਂਪਲਿੰਗ ਮੈਥਡ ਦੇ ਨਾਲ ਰਿਪਰੈਜ਼ੈਂਟ ਕਰਨਾ ਬਹੁਤ ਮੁਸ਼ਕਿਲ ਹੈ थर्ड रैंडम सैंपलिंग डस नॉट गिव वेटेज टू द सर्टेन इंपॉर्टेंट आइटम्स इन द यूनिवर्स कई बार सैंपल इद्दन दा चूज हो जांदा है कि जिदी जिनु ज्यादा वेटेज नहीं दीती जानी चाहिए ता रैंडम सैंपलिंग मेथड ਦੇ ਵਿੱਚ ਕਈ ਵਾਰ ਉਹਨਾਂ ਉਹ ਚੀਜ਼ਾਂ ਰਹਿ ਜਾਂਦੀਆਂ ਨੇ ਸਿਲੈਕਟ ਹੋਣ ਤੋਂ ਜਿਹੜੀਆਂ ਕਿ ਇੰਪੋਰਟੈਂਟ ਹੁੰਦੀਆਂ ਨੇ ਇੰਪੋਰਟੈਂਟ ਚੀਜ਼ਾਂ ਨੂੰ ਵੇਟੇਜ ਕਈ ਵਾਰ ਰਹਿ ਜਾਂਦੀ ਹੈ ਇਹਦੀ ਇੱਕ ਡੀਮੈਰਿਟ ਕਾਊਂਟ ਕੀਤੀ ਜਾਂਦੀ ਹੈ ਡੈਲੋਰ ਡੈਲੀਬਰੇਟ सैंपलिंग मेथड purposive sampling method is that method in which the investigator himself makes the choice of the sample items which in his opinion are best representative of the universe e method de vich ki hai ki jo investigator hai onu jo apne aap nu theek lagda hai oh apne aap hi sample di chun karta hai jehda onu lagda hai ki eh cheez ਐਜ਼ ਅ ਸੈਂਪਲ ਪੂਰੇ ਯੂਨੀਵਰਸ ਨੂੰ ਰਿਪਰੈਜ਼ੈਂਟ ਕਰ ਸਕਦੀ ਹੈ ਤਾਂ ਉਹਨੂੰ ਸੈਂਪਲ ਚੂਜ਼ ਕਰ ਲੈਂਦਾ ਐਜ਼ ਅ ਚੁਆਇਸ ਜਿਹੜੀ ਉਹਨੂੰ ਚੁਆਇਸ ਕਰਨ ਦੇ ਵਿੱਚ ਬੈਸਟ ਲੱਗੀ ਤਾਂ ਉਹਨੇ ਆਪਣਾ ਉਸ ਚੀਜ਼ ਨੂੰ ਸੈਂਪਲ ਚੂਜ਼ ਕਰ ਲਿਆ ਤਾਂ ਇਸ ਤਰ੍ਹਾਂ ਦੇ ਮੈਥਡ ਜਿਹਦੇ ਵਿੱਚ ਇਨਵੈਸਟੀਗੇਟਰ ਆਪਣੇ ਆਪ ਹੀ ਸੈਂਪਲ ਚੂਜ਼ ਕਰ ਲਵੇ ਆਪਣੇ opinion ਦੇ ਆਧਾਰ ਤੇ ਤਾਂ ਜਿਹੜਾ ਕਿ ਉਹਨੂੰ ਲੱਗਦਾ ਹੈ ਕਿ ਇਹ ਪੂਰਾ ਰਿਪਰੈਜ਼ੈਂਟ ਕਰੂਗਾ ਯੂਨੀਵਰਸ ਨੂੰ ਤਾਂ ਉਹਨੂੰ ਸੈਂਪਲ ਚੂਜ਼ ਆਪਣੇ ਆਪ ਕਰ ਲਵੇ ਤਾਂ that is called purposive or deliberate sampling method merits ਕੀ ਨੇ ਫਸਟ ਹੈ ਲੈਸ ਐਕਸਪੈਂਸਿਵ ਮੈਥਡ ਹੈ ਪਾਕਟ ਖਰਚੀਲਾ ਮੈਥਡ ਹੈ ਕਿਉਂਕਿ ਇਹਦੇ ਵਿੱਚ ਜਦੋਂ ਸੈਂਪਲ ਚੂਜ਼ ਕਰਨ ਦੇ ਵਿੱਚ ਕੋਈ ਪ੍ਰੋਬਲਮ ਕੋਈ ਖਰਚਾ ਹੀ ਨਹੀਂ ਆਣਾ ਉਹਨੇ ਆਪਣੇ ਆਪ ਦੇਖ ਲੈਣਾ ਕਿ ਮੈਨੂੰ ਆ ਚੀਜ਼ ਠੀਕ ਲੱਗੀ ਮੈਂ ਇਹਨੂੰ ਐਜ਼ ਅ ਸੈਂਪਲ ਚੂਜ਼ ਕਰ ਲੈਣਾ ਤੇ ਇਸ ਕਰਕੇ ਇਸ ਲੈਸ ਐਕਸਪੈਂਸਿਵ ਮੈਥਡ ਹੈ ਸੈਕੰਡ ਸਿੰਪਲ ਮੈਥਡ ਵੀ ਹੋ ਗਿਆ ਹੈ ਥਰਡ ਥਿਸ ਮੈਥਡ ਇਜ਼ ਸੂਟੇਬਲ ਵੈਨ ਸਮ ਆਫ ਦਾ ਆਈਟਮਸ ਇਨ ਦਾ ਯੂਨੀਵਰਸ ਆਰ ਆਲਮੋਸਟ ਆਈਡੈਂਟੀਕਲ ਇਹ ਮੈਥਡ ਜ਼ਿਆਦਾਤਰ ਉਦੋਂ ਯੂਜ਼ਫੁਲ ਹੁੰਦਾ ਹੈ ਜਦੋਂ ਯੂਨੀਵਰਸ ਦੇ ਵਿੱਚ ਜਿੰਨੀਆਂ ਵੀ ਆਈਟਮਸ ਨੇ ਇੱਕ ਦੂਜੇ ਦੇ ਆਈਡੈਂਟੀਕਲ ਹੋਣ ਸਮਰੂਪ ਹੋਣ ਜਦੋਂ ਚੀਜ਼ਾਂ ਇੱਕ ਦੂਜੇ ਨਾਲ ਮਿਲਦੀਆਂ ਜੁਲਦੀਆਂ ਹੋਣ ਤਾਂ ਅਸੀਂ ਪਰਪਸਿਵ ਡੈਲਿਬਰਟ ਪਰਪਸਿਵ ਆਰ ਡੈਲਿਬਰਟ ਸੈਂਪਲਿੰਗ ਮੈਥਡ ਨੂੰ ਅਪਲਾਈ ਕਰ ਸਕਦੇ ਹਾਂ ਨੈਕਸਟ ਡੀਮੈਰਿਟਸ ਡੀਮੈਰਿਟਸ ਦੇ ਵਿੱਚ ਫਰਸਟ ਥੇਅਰ ਇਜ਼ ਅ ਪੋਸਿਬਿਲਟੀ ਆਫ ਪਰਸਨਲ ਬਾਇਸ ਇਹ ਕਿਹਦੀ ਹਾਨੀ ਹੈ ਕਿ ਇਹਦੇ ਵਿੱਚ ਪਰਸਨਲ ਬਾਇਸ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਕਿਉਂਕਿ ਜਿਹੜਾ ਇਨਵੈਸਟੀਗੇਟਰ ਹੈ ਕਈ ਵਾਰ ਉਸ ਚੀਜ਼ ਨੂੰ ਸੈਂਪਲ ਚੂਜ਼ ਕਰ ਲੈਂਦਾ ਕਿ ਜਿਹੜਾ ਉਹਦੇ ਬਹੁਤ ਨਜ਼ਦੀਕ ਹੁੰਦਾ ਜਾਂ ਜਿਸ ਨੂੰ ਲੱਗਦਾ ਕਿ ਮੇਰੇ ਮੇਰੇ ਬਹੁਤ ਨੇੜੇ ਆ ਉਹਨੂੰ ਐਸਾ ਸੈਂਪਲ ਚੂਜ਼ ਕਰ ਲੈਂਦਾ ਸੋ ਜੇ ਇੱਥੇ ਪਰਸਨਲ ਬਾਇਆਸ ਹੋਊਗਾ ਰਿਲਾਈਅਬਿਲਟੀ ਆਫ ਰਿਜ਼ਲਟਸ ਕੈਟਰਾਡਡ ਤਾਂ ਜੋ ਰਿਜ਼ਲਟਸ ਨੇ ਉਹਨਾਂ ਦੇ ਵਿੱਚ ਵੀ ਰਿਲਾਈਅਬਿਲਟੀ ਨਹੀਂ ਪਾਈ ਜਾਊਗੀ ਵਿਸ਼ਵਾਸ ਨਹੀਂ ਪਾਇਆ ਜਾਊਗਾ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇਹ ਚੀਜ਼ ਦੇ ਵਿੱਚ ਪੱਖਪਾਤ ਕੀਤਾ ਗਿਆ ਹੈ ਠੀਕ ਹੈ ਇਸ ਕਰਕੇ ਇਹਦੇ ਦੋ ਡੀਮੈਰਿਟਸ ਵੀ ਨੇ ਨੈਕਸਟ 3rd ਮੈਥਡ ਮਿਕਸਡ ਸੈਂਪਲਿੰਗ ਮੈਥਡ ਮਿਕਸਡ ਸੈਂਪਲਿੰਗ ਮੈਥਡ ਅਕੋਰਡਿੰਗ ਟੂ ਥਿਸ ਮੈਥਡ ਪੋਪੂਲੇਸ਼ਨ ਇਜ਼ ਡਿਵਾਈਡਡ ਇੰਟੂ ਡਿਫਰੈਂਟ ਪਾਰਟਸ ਹੈਵਿੰਗ ਡਿਫਰੈਂਟ ਕੈਰੈਕਟੈਰਿਸਟਿਕਸ ਐਂਡ ਸਮ ਆਫ ਦਾ ਆਈਟਮਸ ਆਰ ਸਿਲੈਕਟਡ ਫਰੋਮ ਦਾ ਈਚ ਪਾਰਟ ਸੋ ਥੈਟ ਦਾ ਐਂਟਾਇਰ ਪੋਪੂਲੇਸ਼ਨ ਗੈਟਸ ਰਿਪਰੈਜ਼ੈਂਟੇਟਿਵ ਇਸ ਮੈਥਡ ਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਪੂਰੀ ਪੋਪੂਲੇਸ਼ਨ ਨੂੰ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਜਨਸੰਖਿਆ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਉਹਨਾਂ ਨੂੰ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਫਿਰ ਉਹਨਾਂ ਡਿਫਰੈਂਟ ਪਾਰਟਸ ਦੇ ਵਿੱਚ ਜਿਨ੍ਹਾਂ ਨੂੰ ਡਿਵਾਈਡ ਕੀਤਾ ਉਹਨਾਂ ਪਾਰਟਸ ਦੇ ਵਿੱਚੋਂ ਕੁਝ ਸੈਂਪਲ ਲਏ ਜਾਂਦੇ ਨੇ ਜਿਨ੍ਹਾਂ ਨੂੰ ਐਜ਼ ਅ ਸੈਂਪਲ ਚੂਜ਼ ਕੀਤਾ ਜਾਂਦਾ ਹੈ ਸਿਲੈਕਟ ਕੀਤਾ ਜਾਂਦਾ ਹੈ ਠੀਕ ਹੈ ਤੇ ਉਹਨਾਂ ਸੈਂਪਲਸ ਉਹ ਸੈਂਪਲਸ ਹੀ ਪੂਰੇ ਪਾਰਟਸ ਨੂੰ ਜੁਨੇ ਵੀ ਪਾਰਟ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੁੰਦੇ ਨੇ ਠੀਕ ਹੈ ਇੱਕ ਐਗਜ਼ਾਮਪਲ ਫਾਰ ਇਗਜ਼ਾਮਪਲ ਆਪਾਂ 50 ਸਟੂਡੈਂਟਸ ਨੇ ਮੰਨ ਲਓ ਇੱਕ ਕਲਾਸ ਦੇ ਵਿੱਚ 50 ਸਟੂਡੈਂਟਸ ਨੇ ਤਾਂ ਉਹਨਾਂ ਨੂੰ ਆਪਾਂ ਟੂ ਪਾਰਟਸ ਡਿਵਾਈਡ ਕਰ ਲਿਆ ਜਿਨ੍ਹਾਂ ਦੇ ਵਿੱਚੋਂ 30 ਸਟੂਡੈਂਟਸ ਲੱਗਨੇ 20 ਸਟੂਡੈਂਟਸ ਲੱਗਨੇ 30 ਸਟੂਡੈਂਟਸ ਨੇ ਉਹ ਮੈਥ ਸਟੱਡੀ ਕਰਦੇ ਨੇ ਔਰ ਜੋ 20 ਸਟੂਡੈਂਟ ਨੇ ਉਹ ਸਾਇੰਸ ਸਟੱਡੀ ਕਰਦੇ ਨੇ ਠੀਕ ਹੈ 11th ਕਲਾਸ ਦੇ 50 ਸਟੂਡੈਂਟਸ ਨੇ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ 30 20 ਦੇ ਵਿੱਚ ਡਿਵਾਈਡ ਕਰ ਲਿਆ 30 ਸਟੂਡੈਂਟਸ ਮੈਥ ਸਟਡੀ ਕਰਦੇ ਨੇ ਔਰ 20 ਸਟੂਡੈਂਟ ਨੇ ਸਾਇੰਸ ਸਟਡੀ ਕਰਦੇ ਨੇ ਤਾਂ ਇਹਦੇ ਵਿੱਚੋਂ ਜੋ 30 ਸਟੂਡੈਂਟ ਨੇ ਮੈਥ ਸਟਡੀ ਕਰਦੇ ਉਹਦੇ ਵਿੱਚੋਂ ਆਪਾਂ 3 ਸੈਂਪਲ ਲੈ ਲਏ ਮੰਨ ਲਓ 3 ਸੈਂਪਲ ਲੈ ਜਿਹੜੇ ਕਿ ਪੂਰੇ 30 ਸਟੂਡੈਂਟਸ ਨੂੰ ਰਿਪਰੈਜ਼ੈਂਟ ਕਰਦੇ ਹੋਣਗੇ ਠੀਕ ਹੈ ਜਿਨ੍ਹਾਂ ਦੇ ਵਿੱਚ 30 ਸਟੂਡੈਂਟਸ ਦੀਆਂ ਕੁਆਲਿਟੀਆਂ ਹੋਣਗੀਆਂ ਡਿਫਰੈਂਟ ਡਿਫਰੈਂਟ 3 ਸੈਂਪਲਸ ਨੂੰ ਮਿਲਾ ਕੇ ਇਦਰੋਂ ਅਸੀਂ 2 ਸੈਂਪਲ ਲੈ ਲੇ ਚੂਜ਼ ਕਰ ਲੇ ਜਿਹਨੇ ਕਿ 20 ਸਟੂਡੈਂਟਸ ਨੂੰ ਰਿਪਰੈਜ਼ੈਂਟ ਕਰਦੇ ਹੋਣਗੇ ਸੋ ਆਪਾਂ ਟੋਟਲ 5 ਸੈਂਪਲ ਲੈ 3 2 3 ਮੈਥ ਸਟੂਡੈਂਟਸ ਲੈ ਲੇ 2 ਸਾਇੰਸ ਸਟੂਡੈਂਟਸ ਲੈ ਲੇ ਦੋਨਾਂ ਦੇ ਵਿੱਚ ਪਿਲਾ ਕੇ 5 ਸਟੂਡੈਂਟ ਸੈਂਪਲ ਲੈ ਲੇ 5 ਸੈਂਪਲ ਸਾਡੇ ਕੀ ਨੇ ਮਿਕਸ ਸੈਂਪਲ ਨੇ ਜਿਨ੍ਹਾਂ ਦੇ ਵਿੱਚੋਂ 3 ਮੈਥ ਦੇ ਨੇ ਔਰ 2 ਸਾਇੰਸ ਦੇ ਨੇ ਇਹ ਮਿਕਸਡ ਸੈਂਪਲਿੰਗ ਹੋ ਗਈ ਜਿਹੜੇ ਕਿ ਮਿਕਸ ਸੈਂਪਲ ਲੈ ਲੇ ਤੇ ਇਹ ਜੋ ਸੈਂਪਲ ਲਈ ਇਹ ਪੂਰੇ ਜੋ 50 ਸਟੂਡੈਂਟਸ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਨਗੇ ਠੀਕ ਹੈ ਇਸ ਕਰਕੇ ਨੂੰ ਮਿਕਸ ਸੈਂਪਲਿੰਗ ਕੀਤਾ ਜਾਂਦਾ ਹੈ ਠੀਕ ਹੈ ਇਹ ਰੇਸ਼ੋ ਚੇਂਜ ਵੀ ਹੋ ਸਕਦੀ ਸੀ ਮੰਨ ਲਓ ਆਪਾਂ ਜੇ 4 ਸਟੂਡੈਂਟਸ ਨੂੰ ਸੈਂਪਲ ਲੈਣਾ ਹੈ 4 ਸਟੂਡੈਂਟ ਸੈਂਪਲ ਚੂਜ਼ ਕਰਨੇ ਹੈ ਤੇ ਇਧਰੋਂ ਆਪਾਂ 3 ਕਰਕੇ ਤੇ ਇਧਰੋਂ 1 ਲੈਸ ਹਰਦੇ ਸੀ 3:1 ਵੀ ਹੋ ਸਕਦੀ ਸੀ 2:2 ਵੀ ਹੋ ਸਕਦੀ ਸੀ ਠੀਕ ਹੈ ਤੇ ਇਸ ਤਰੀਕੇ ਨਾਲ ਅਸੀਂ ਇਨੂੰ ਮਿਕਸ ਸੈਂਪਲਿੰਗ ਤਾਂ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਮਿਕਸ ਡਾਟਾ ਨੂੰ preference ਦਿੱਤੀ ਜਾਂਦੀ ਹੈ ਨੈਕਸਟ ਮੈਰੀਟਿਵ ਇਹਦੀਆਂ ਕੀ ਨੇ ਕਵਰਸ ਡਾਈਵਰਸ ਕੈਰੈਕਟੈਰਿਸਟਿਕਸ ਪੋਪੂਲੇਸ਼ਨ ਇਹ ਕੀ ਕਰਦਾ ਹੈ ਜਨਸੰਖਿਆ ਦੀਆਂ ਵਿਭਿੰਨ ਵਿਭਿੰਨ ਵਿਸ਼ੇਸ਼ਤਾਵਾਂ ਨੂੰ ਕਵਰ ਕਰਦਾ ਹੈ ਕਿਉਂਕਿ ਇਹਦੇ ਵਿੱਚ ਦੇਖੋ ਜਿੱਦਾਂ ਡਿਫਰੈਂਟ ਡਿਫਰੈਂਟ ਸਬਜੈਕਟ ਸੀਗੇ ਮੈਥ ਸਾਇੰਸ ਵਗੈਰਾ ਉਹ ਸਾਰੇ ਇਹਦੇ ਵਿੱਚ ਕਵਰ ਹੋਗੇ ਇਦਾਂ ਹੀ ਹੋਰ ਜਿੰਨੇ ਵੀ ਸਬਜੈਕਟ ਹੋਣਗੇ ਉਹਨਾਂ ਸਾਰਿਆਂ ਨਾਲ ਰਿਲੇਟਡ ਸੈਂਪਲਸ ਲਈ ਜਾਣਗੇ ਨੈਕਸਟ ਆ ਕੰਪੈਰੀਟਿਵ ਐਨਾਲਿਸਿਸ ਇਜ਼ ਪੋਸੀਬਲ ਜਦੋਂ ਡਿਫਰੈਂਟ ਡਿਫਰੈਂਟ ਕੈਰੈਕਟਰਿਸਟਿਕਸ ਦੇ ਨਾਲ ਰਿਲੇਟਡ ਸੈਂਪਲ ਚੂਜ਼ ਕੀਤੇ ਜਾਣਗੇ ਤਾਂ ਉਹਨਾਂ ਨਾਲ ਕੰਪੈਰੀਟਿਵ ਐਨਾਲਿਸਿਸ ਹੋ ਜਾਊਗਾ ਤੁਲਨਾਤਮਕ ਅਧਿਐਨ ਹੋ ਜਾਊਗਾ ਕਿਉਂਕਿ ਅਸੀਂ ਉਹਨਾਂ ਦੀ ਤੁਲਨਾ ਕਰਦੇ ਕਿ ਕਿਹੜਾ ਸਬਜੈਕਟ ਬੈਸਟ ਹੈ ਤੇ ਕਿਹੜੀ ਚੀਜ਼ ਬੈਸਟ ਹੈ ਉਹ ਇਹਦੇ ਕੰਪੈਰੀਜ਼ਨ ਕੰਪੈਰੀਜ਼ਨ ਕਰਕੇ ਪਤਾ ਲੱਗ ਜਾਊਗਾ ਤੇ ਥਰਡ ਹੀ ਰਿਲਾਇਬਲ ਮੈਥਡ ਹੈ ਇਤੇ ਵਿਸ਼ਵਾਸ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਸਾਸੀ ਜੋ ਸੈਂਪਲ ਲੈਨੇ ਬਿਲਕੁਲ ਸਹੀ ਲੈਨੇ ਕਿਉਂਕਿ ਜੋ ਬੱਚਿਆਂ ਨੂੰ ਇੰਟਰਸਟ ਹੁੰਦਾ ਜਾਂ ਜੋ ਜਿਸ ਵੀ ਜਿਹੜੀ ਚੀਜ਼ਾਂ ਚ ਇੰਟਰਸਟ ਹੈ ਉਹਨਾਂ ਨਾਲ ਰਿਲੇਟਡ ਉਹਨਾਂ ਦੋਹੀ ਅਸੀਂ ਪੁੱਛਗੀਚ ਕਰਦੇ ਪਏ ਠੀਕ ਹੈ ਨੈਕਸਟ ਹੀ ਮੈਰਿਟ ਕੀ ਹੈ ਦਿਸ ਮੈਥਡ ਇਜ਼ ਸੂਟੇਬਲ ਵੈਨ देयर इज ਕੰਪਲੀਟ ਨੋਲੇਜ ਇਹ ਮੈਥਡ ਉਦੋਂ ਹੀ ਪੋਸੀਬਲ ਆ ਉਦੋਂ ਹੀ ਅਸੀਂ ਅਪਲਾਈ ਕਰ ਸਕਦੇ ਜਦੋਂ ਜੋ ਇਨਫੋਰਮੈਂਟਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਨੋਲੇਜ ਹੋਗੀ देयर इज ਅ ਪੋਸੀਬਿਲਟੀ ਆਫ ਪਰਸਨਲ ਬਿਆਸ ਐਟ ਦਾ ਟਾਈਮ ਆਫ ਕਲਾਸੀਫਿਕੇਸ਼ਨ ਆਫ ਪੋਪੂਲੇਸ਼ਨ ਜਿਸ ਟਾਈਮ ਤੇ ਜਨਸੰਖਿਆ ਦੀ ਵੰਡ ਕੀਤੀ ਜਾਂਦੀ ਹੈ ਪਾਰਟਸ ਦੇ ਡਿਵੀਜ਼ਨ ਕੀਤੀ ਜਾਂਦੀ ਹੈ ਤਾਂ ਉਸ ਟਾਈਮ ਤੇ ਇਹਦੇ ਵਿੱਚ ਪਰਸਨਲ ਬਿਆਸ ਹੋਣ ਦੀ ਸੰਭਾਵਨਾ ਹੁੰਦੀ ਹੈ ਠੀਕ ਹੈ ਇਨਵੈਸਟੀਗੇਟਰ ਆਪਣੇ ਜੋ ਨੇ ਨਜ਼ਦੀਕੀ ਹੁੰਦੇ ਨੇ ਜਾਂ ਉਹਨਾਂ ਨੂੰ ਜੋ ਵੈਸਟ ਲੱਗਦੇ ਹੁੰਦੇ ਉਹਨਾਂ ਨੂੰ ਐਜ਼ ਅ ਸੈਂਪਲ ਚੂਜ਼ ਕਰ ਲੈਂਦੇ ਤੇ ਬਾਕੀ ਉਹਦੇ ਵਿੱਚ ਰਹਿ ਜਾਂਦੇ ਨੇ ਵੈਨ ਸਾਈਜ਼ ਆਫ ਪੋਪੂਲੇਸ਼ਨ ਇਜ਼ ਸਮਾਲ ਇਟ ਇਜ਼ ਡਿਫਿਕਲਟ ਟੂ ਕਲਾਸੀਫਾਈਟ ਇਟ ਇਨਟੂ ਸਮਾਲ ਪਾਰਟਸ ਦੇਖੋ ਜਦੋਂ ਤੱਕ ਪੋਪੂਲੇਸ਼ਨ ਦਾ ਸਮਾਲ ਲਾਰਜ ਹੈ ਤਾਂ ਅਸੀਂ ਸਿਲੈਕਟ ਕਰ ਸਕਦੇ ਹਾਂ ਬਟ ਜਦੋਂ ਸਮਾਲ ਸਾਈਜ਼ ਆ ਪੋਪੂਲੇਸ਼ਨ ਦਾ ਤਾਂ ਅਸੀਂ ਸ ਮਿਕਸ ਸੈਂਪਲਿੰਗ ਨੂੰ ਨਹੀਂ ਅਪਲਾਈ ਕਰ ਸਕਦੇ ਕਿਉਂਕਿ ਉਸ ਟਾਈਮ ਤੇ ਡਿਵੀਜ਼ਨ ਕਰਨੀ ਬਹੁਤ ਜ਼ਿਆਦਾ ਆਕੀ ਹੋ ਜਾਂਦੀ ਹੈ ਠੀਕ ਹੈ